ਕਿਸਾਨ ਅੰਦੋਲਨ ਨੂੰ ਲੈ ਕੇ ਬੇਹੱਦ ਵੱਡਾ ਅਪਡੇਟ ਤੁਹਾਡੇ ਸਾਹਮਣੇ ਰੱਖ ਰਹੇ ਹਾਂ। ਕਿਸਾਨਾਂ ਨੇ ਫਿਲਹਾਲ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ 'ਤੇ ਹੀ ਡਟੇ ਰਹਿਣ ਦਾ ਫੈਸਲਾ ਲਿਆ। 2 ਦਿਨ ਪਹਿਲਾਂ ਜਦੋਂ ਹਰਿਆਣਾ ਪੁਲਿਸ ਦੇ ਨਾਲ ਟਕਰਾਅ ਹੋਇਆ ਸੀਗਾ, ਉਦੋਂ ਸ਼ੁਭਕਰਨ ਦੀ ਮੌਤ ਤੋਂ ਬਾਅਦ ਕਿਸਾਨਾਂ ਨੇ ਇਹ ਫੈਸਲਾ ਕੀਤਾ ਸੀਗਾ ਕਿ ਉਹ 2 ਦਿਨ ਬਾਰਡਰਾਂ 'ਤੇ ਡਟੇ ਰਹਿਣਗੇ। ਦਿੱਲੀ ਕੂਚ ਦਾ ਪ੍ਰੋਗਰਾਮ ਉਹਨਾਂ ਨੇ ਟਾਲ ਦਿੱਤਾ ਸੀਗਾ। ਹੁਣ ਅੱਜ 2 ਦਿਨਾਂ ਬਾਅਦ ਇੱਕ ਵਾਰ ਫਿਰ ਕਿਸਾਨ ਆਗੂਆਂ ਦੀ ਬੈਠਕ ਹੋਈ ਹੈ ਸ਼ੰਭੂ ਬਾਰਡਰ 'ਤੇ, ਔਰ ਉਹਨਾਂ ਨੇ ਇਹੀ ਫੈਸਲਾ ਲਿਆ ਕਿ ਫਿਲਹਾਲ ਆਪਾਂ ਦਿੱਲੀ ਕੂਚ ਨਹੀਂ ਕਰਾਂਗੇ, ਸ਼ੰਭੂ ਅਤੇ ਖਨੌਰੀ ਬਾਰਡਰ 'ਤੇ ਡਟੇ ਰਹਿਣਗੇ। ਕਿਸਾਨਾਂ ਨੇ ਇਹ ਵੱਡਾ ਫੈਸਲਾ ਲਿਆ ਕਿ ਉਹ ਕੱਲ੍ਹ ਵੀ ਦਿੱਲੀ ਕੂਚ ਨਹੀਂ ਕਰਨਗੇ, ਸ਼ੰਭੂ ਬਾਰਡਰ 'ਤੇ ਔਰ ਖਨੌਰੀ ਬਾਰਡਰ 'ਤੇ ਹੀ ਜਿੱਦਾਂ ਦਾ ਕਿਸਾਨਾਂ ਦਾ ਜੰਮੇ ਹੋਏ ਨੇ ਜਿਸ ਤਰ੍ਹਾਂ, ਉਸੇ ਤਰ੍ਹਾਂ ਦਾ ਹੀ ਪ੍ਰੋਗਰਾਮ ਚੱਲਦਾ ਰਹੇਗਾ। ਅੱਗੇ ਵਧਣ ਦੀ ਕੋਸ਼ਿਸ਼ ਹੁਣ ਨਹੀਂ ਕਰਨਗੇ, ਕਿਉਂਕਿ ਪਿਛਲੀ ਵਾਰ ਵੀ 2 ਦਿਨ ਪਹਿਲਾਂ ਵੀ ਅਸੀਂ ਸਭ ਜਾਣਦੇ ਹਾਂ ਕਿ ਕਿਸ ਤਰ੍ਹਾਂ ਦੇ ਹਾਲਾਤ ਬਣੇ ਸੀਗੇ। ਸ਼ੁਭਕਰਨ ਸਿੰਘ ਨੂੰ ਆਪਣੀ ਜਾਨ ਗਵਾਉਣੀ ਪਈ ਸੀਗੀ ਔਰ ਬਹੁਤ ਸਾਰੇ ਲੋਕ ਜ਼ਖਮੀ ਹੋਏ ਸੀਗੇ। ਹਰਿਆਣਾ ਪੁਲਿਸ ਪੰਜਾਬ ਦੀ ਹੱਦ ਦੇ ਵਿੱਚ ਆ ਜਾਂਦੀ ਹੈ ਔਰ ਖਨੌਰੀ ਬਾਰਡਰ 'ਤੇ ਟਕਰਾਅ ਬਹੁਤ ਜ਼ਿਆਦਾ ਹੋਇਆ ਸੀਗਾ। ਸ਼ੰਭੂ ਬਾਰਡਰ 'ਤੇ ਵੀ ਹਾਲਾਤ ਬਹੁਤ ਜ਼ਿਆਦਾ ਚੰਗੇ ਨਹੀਂ ਸੀਗੇ। ਉਸ ਤੋਂ ਬਾਅਦ ਕਿਸਾਨ ਆਗੂਆਂ ਨੇ ਇਹ ਫੈਸਲਾ ਲਿਆ ਕਿ ਅਸੀਂ ਅੱਗੇ ਨਹੀਂ ਵਧਾਂਗੇ। ਦੋਵੇਂ ਹੀ ਬਾਰਡਰਾਂ 'ਤੇ ਲਗਾਤਾਰ ਜਿਹੜੀ ਕਿਸਾਨਾਂ ਦੀ ਤਾਦਾਦ ਹੈ ਉਹ ਵੱਧਦੀ ਜਾ ਰਹੀ ਹੈ ਔਰ ਹੁਣ ਉਹ ਪੰਜਾਬ ਦੇ ਹਿੱਸੇ 'ਚ ਹੀ ਡਟੇ ਰਹਿਣਗੇ। ਇਹ ਵੱਡਾ ਫੈਸਲਾ ਹੈ ਕਿ ਕੱਲ੍ਹ ਕਿਸਾਨ ਜਿਹੜੇ ਨੇ ਉਹ ਅੱਗੇ ਵਧਣ ਦੀ ਕੋਸ਼ਿਸ਼ ਨਹੀਂ ਕਰਨਗੇ। ਮੇਰੇ ਨਾਲ ਮੇਰੇ ਸਹਿਯੋਗੀ ਵਿਨੀਤ ਸ਼ੰਭੂ ਬਾਰਡਰ ਤੋਂ ਜੁੜੇ ਹੋਏ ਨੇ, ਲਗਾਤਾਰ ਉਹ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਔਰ ਅਸੀਂ ਉਹਨਾਂ ਨਾਲ ਸੰਪਰਕ ਸਾਧਨ ਦੀ ਕੋਸ਼ਿਸ਼ ਕਰ ਰਹੇ ਹਾਂ ਫਿਲਹਾਲ, ਔਰ ਤੁਹਾਨੂੰ ਅੱਗੇ ਦੀ ਸਾਰੀ ਰਣਨੀਤੀ ਬਾਰੇ ਦੱਸਾਂਗੇ ਕਿ ਕਿਸਾਨਾਂ ਨੇ ਕੀ ਰਣਨੀਤੀ ਬਣਾਈ ਹੈ। ਫਿਲਹਾਲ ਜੋ ਕਿਸਾਨਾਂ ਨੇ ਮੀਟਿੰਗ ਦੇ ਵਿੱਚ ਫੈਸਲਾ ਲਿਆ ਉਹਦੇ ਮੁਤਾਬਕ ਉਹਨਾਂ ਦਾ ਕਹਿਣਾ ਹੈ ਕਿ ਸ਼ੁਭਕਰਨ ਸਿੰਘ ਦਾ ਆਪਾਂ ਨਾ ਸੰਸਕਾਰ ਉਦੋਂ ਤੱਕ ਕਰਨਾ ਜਦੋਂ ਤੱਕ ਪੰਜਾਬ ਪੁਲਿਸ ਹਰਿਆਣਾ ਪੁਲਿਸ ਦੇ ਮੁਲਾਜ਼ਮਾਂ ਦੇ ਖਿਲਾਫ ਜਿਨ੍ਹਾਂ ਨੇ ਫਾਇਰ ਕੀਤੇ ਨੇ ਉਹਨਾਂ ਦੇ ਖਿਲਾਫ 302 ਦਾ ਪਰਚਾ ਨਹੀਂ ਦਰਜ ਕਰਦੀ ਉਦੋਂ ਤੱਕ ਇੱਕ ਤਾਂ ਡਟੇ ਰਹਿਣਗੇ ਬਾਰਡਰਾਂ 'ਤੇ, ਪੰਜਾਬ ਦੇ ਬਾਰਡਰਾਂ 'ਤੇ ਡਟੇ ਰਹਿਣਗੇ, ਔਰ ਦੂਜਾ ਸ਼ੁਭਕਰਨ ਸਿੰਘ ਦਾ ਸੰਸਕਾਰ ਵੀ ਨਹੀਂ ਕਰਨਗੇ। ਵਿਨੀਤ ਮੇਰੇ ਨਾਲ ਹੈ, ਵਿਨੀਤ ਹੋਰ ਕੀ ਫੈਸਲੇ ਲਏ ਗਏ ਨੇ ਅੱਜ ਦੀ ਮੀਟਿੰਗ ਦੇ ਵਿੱਚ, ਕੀ ਰਣਨੀਤੀ ਬਣਾਈ ਹੈ? ਦੇਖੋ, ਅੱਜ ਦੀ ਮੀਟਿੰਗ ਦੇ ਵਿੱਚ ਜਿਸ ਢੰਗ ਦੇ ਨਾਲ ਹਜੇ ਵੀ ਜਿਹੜੇ ਕਿਸਾਨ ਆਗੂ ਨੇ ਖਨੌਰੀ ਬਾਰਡਰ ਤੇ ਰਜਿੰਦਰਾ ਹਸਪੀਟਲ ਦੇ ਵਿੱਚ ਡਟੇ ਹੋਏ ਨੇ, ਲਗਾਤਾਰ ਪ੍ਰਸ਼ਾਸਨ ਦੇ ਨਾਲ ਗੱਲਬਾਤ ਹੋ ਰਹੀ ਹੈ ਜਿਸ ਢੰਗ ਦੇ ਨਾਲ ਸ਼ੁਭਕਰਨ ਦੇ ਸੰਸਕਾਰ ਨੂੰ ਲੈ ਕੇ, ਕਿਉਂਕਿ ਅੱਜ ਕਿਹਾ ਜਾ ਰਿਹਾ ਸੀ ਕਿ ਸ਼ੁਭਕਰਨ ਦਾ ਪੋਸਟਮਾਰਟਮ ਹੋਏਗਾ, ਉਸ ਤੋਂ ਬਾਅਦ ਉਸਦੇ ਪਰਿਵਾਰ ਜਨਾਂ ਨੂੰ ਜਿਹੜੀ ਉਸਦਾ ਮ੍ਰਿਤਕ ਦੇਹ ਹੈ ਉਹ ਹੈਂਡ ਓਵਰ ਕਰ ਦਿੱਤੀ ਜਾਏਗੀ। ਲੇਕਿਨ ਕਿਸਾਨ ਆਗੂਆਂ ਦੀ ਤਰਫੋਂ, ਪਰਿਵਾਰ ਦੀ ਤਰਫੋਂ ਇਹ ਕਿਹਾ ਗਿਆ ਕਿ ਸਭ ਤੋਂ ਪਹਿਲਾਂ 302 ਦੀ ਇੱਕ FIR ਜਿਹੜੀ ਹੈ ਉਹ ਦਰਜ ਹੋਣੀ ਚਾਹੀਦੀ ਹੈ ਉਨ ਲੋਕਾਂ ਤੇ ਜਿਨ੍ਹਾਂ ਨੇ ਸ਼ੁਭਕਰਮਣ ਦੇ ਉੱਪਰ ਗੋਲੀ ਚਲਾਈ ਔਰ ਜਿਨ੍ਹਾਂ ਨੇ ਉਹਨਾਂ ਅਧਿਕਾਰੀਆਂ ਨੂੰ ਗੋਲੀ ਚਲਾਉਣ ਦੇ ਆਰਡਰ ਦਿੱਤੇ ਉਹਨਾਂ ਦੇ ਖਿਲਾਫ਼ ਪਹਿਲਾਂ 302 ਦਾ ਮੁਕੱਦਮਾ ਦਰਜ ਹੋਏ। ਉਸ ਤੋਂ ਬਾਅਦ ਸਰਕਾਰ ਤੋਂ ਮੰਗ ਕੀਤੀ ਕਿ ਜਿਹੜਾ ਸ਼ੁਭਕਰਮਣ ਦਾ ਪਰਿਵਾਰ ਹੈ ਉਸਨੂੰ 1 ਕਰੋੜ ਦੀ ਸਹਾਇਤਾ ਰਾਸ਼ੀ ਦਿੱਤੀ ਜਾਏ ਔਰ ਨਾਲ ਨਾਲ ਉਸਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦਿੱਤੀ ਜਾਏ, ਇਸ ਦੇ ਨਾਲ ਹੀ ਸ਼ੁਭਕਰਨ ਨੂੰ ਕੌਮੀ ਸ਼ਹੀਦ ਦਾ ਦਰਜਾ ਵੀ ਦਿੱਤਾ ਜਾਏ। ਆ ਮੰਗ ਕੀਤੀ ਗਈ ਸੀ ਸਰਕਾਰ ਤੋਂ ਔਰ ਇਸੀ ਮੰਗ ਨੂੰ ਲੈ ਕੇ ਅਧਿਕਾਰੀਆਂ ਦੇ ਨਾਲ ਸਵੇਰ ਤੋਂ ਹੀ ਕਸ਼ਮਕਸ਼ ਜਿਹੜੀ ਹੈ ਉਹ ਵੇਖਣ ਨੂੰ ਮਿਲੀ, ਜਿਸ ਤੋਂ ਬਾਅਦ ਅੱਜ ਫੈਸਲਾ ਹੁਣ ਫੈਸਲਾ ਲਿੱਤਾ ਗਿਆ ਹੈ ਕਿ ਜਦੋਂ ਤੱਕ ਸ਼ੁਭਕਰਮਣ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਹਰਿਆਣਾ ਪੁਲਿਸ ਦੇ ਖਿਲਾਫ FIR ਦਰਜ ਨਹੀਂ ਕਰਦੀ ਤਦ ਤੱਕ ਨਾ ਤੇ ਕਿਸਾਨ ਸ਼ੰਭੂ ਤੇ ਖਨੌਰੀ ਬਾਰਡਰ ਤੋਂ ਅੱਗੇ ਜਾਣਗੇ, ਇੱਥੇ ਹੀ ਰਹਿਣਗੇ, ਨਾ ਹੀ ਸ਼ੁਭਕਰਨ ਦਾ ਪੋਸਟਮਾਰਟਮ ਕਰਨ ਦਿੱਤਾ ਜਾਊਗਾ ਔਰ ਨਾ ਹੀ ਸ਼ੁਭਕਰਮਣ ਦਾ ਸੰਸਕਾਰ ਹੋਏਗਾ। ਇਹ ਸਾਰੀ ਚੀਜ਼ਾਂ ਤਾਂ ਹੀ ਹੋਣਗੀਆਂ ਜਦੋਂ ਪੁਲਿਸ ਜਿਹੜੀ ਇਹਨਾਂ ਦੀ ਡਿਮਾਂਡ ਪੂਰੀ ਕਰਦੀ ਨਜ਼ਰ ਆਏਗੀ। ਜਿਹੜਾ ਅੰਦੋਲਨ ਦਾ ਇਹ ਹਵਾ ਜਿਹੜੀ ਹੈ ਉਹ ਪੰਜਾਬ ਪੁਲਿਸ ਤੇ ਆ ਕੇ ਟਿਕ ਗਈ, ਹੁਣ ਪੰਜਾਬ ਪੁਲਿਸ ਵੱਲ ਹੋ ਗਈ ਹੈ ਕਿ ਪੰਜਾਬ ਵੀ ਉਹਦੇ ਤੱਕ ਨਹੀਂ ਟੱਪਣਗੇ ਜਦੋਂ ਤੱਕ ਇਹ ਹੁਣ ਪੰਜਾਬ ਪੁਲਿਸ ਇਹਨਾਂ ਦੀ ਗੱਲਾਂ ਨਹੀਂ ਮੰਨਦੀ?
ਬਿਲਕੁਲ 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 ਦੇਖੋ, ਜਦੋਂ ਤੱਕ ਪੰਜਾਬ ਪੁਲਿਸ FIR ਦਰਜ ਨਹੀਂ ਕਰਦੀ, ਇਹਨਾਂ ਦੀ ਮੰਗਾਂ ਨਹੀਂ ਮੰਨਦੀ, ਤਦੋਂ ਤੱਕ ਇਹ ਪੰਜਾਬ ਦੇ ਵਿੱਚ ਹੀ ਡਟੇ ਰਹਿਣਗੇ। ਪੰਜਾਬ ਤੋਂ ਅੱਗੇ ਹਰਿਆਣਾ ਦੇ ਬਾਰਡਰ ਤੋੜ ਕੇ ਦਿੱਲੀ ਵੱਲ ਨੂੰ ਰੁੱਖ ਨਹੀਂ ਕਰਨਗੇ। ਇਸ ਤਰ੍ਹਾਂ ਦੀ ਫਿਲਹਾਲ ਰਣਨੀਤੀ ਜਿਹੜੀ ਆ ਉਹ ਬਣਾਈ ਗਈ ਹੈ, ਕਿਉਂਕਿ ਲਗਾਤਾਰ ਗੱਲਬਾਤ ਦਾ ਸਿਲਸਿਲਾ ਜਿਹੜਾ ਉਹ ਜਾਰੀ ਹੈ। ਔਰ ਕਿਤੇ ਨਾ ਕਿਤੇ ਜਿਸ ਢੰਗ ਦੇ ਨਾਲ ਕਿਸਾਨ ਆਗੂ ਦੱਸਦੇ ਨਜ਼ਰ ਆਏ ਨੇ ਕਿ ਸ਼ੁਭਕਰਨ ਦੀ ਜਿਹੜੀ ਮੌਤ ਹੋਈ ਆ ਉਸ ਦੇ ਵਿੱਚ ਰੂਲ ਜਿਹੜੇ ਨੇ ਉਹਨਾਂ ਨੂੰ ਵਾਇਲੇਟ ਕੀਤਾ ਗਿਆ ਹੈ। ਹਰਿਆਣਾ ਦੀ ਹੱਦ ਨੂੰ ਲੰਘਦੇ ਹੋਏ ਜਿਹੜੇ ਜਵਾਨ ਨੇ, ਜਿਨ੍ਹਾਂ ਦੇ ਵਿੱਚ ਕਈ ਵਰਦੀਧਾਰੀ ਵੀ ਨਹੀਂ ਸੀ, ਉਹਨਾਂ ਨੇ ਕੈਜੂਅਲ ਕੱਪੜੇ ਪਾਏ ਹੋਏ ਸੀ, ਕਿਆ ਉਹ ਪਲਾਂਟਿਡ ਸੀ ਕੋਈ ਜਾਂ ਕੁਛ ਹੋਰ ਸੀ, ਉਸਦੀ ਵੀ ਇਨਵੈਸਟੀਗੇਸ਼ਨ ਦੀ ਮੰਗ ਕੀਤੀ ਹੈ। ਔਰ ਨਾਲੋਂ ਨਾਲ ਕਿਹਾ ਹੈ ਕਿ ਕਿਉਂਕਿ ਹਰਿਆਣਾ ਨੇ ਪੰਜਾਬ ਦੀ ਹਰਿਆਣਾ ਪੁਲਿਸ ਦੇ ਜਵਾਨਾਂ ਨੇ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਜਿਹੜੇ ਕਿਸਾਨ ਨੇ, ਜਿਹੜੇ ਸ਼ੁਭਕਰਨ ਨੇ, ਉਹਨਾਂ ਦੀ ਜਿਹੜੀ ਹੱਤਿਆ ਕੀਤੀ ਹੈ ਔਰ ਕਿਸਾਨਾਂ ਦੇ ਉੱਪਰ ਤਸ਼ੱਦਦ ਢਾਈ ਹੈ, ਉਸ ਮਾਮਲੇ ਦੇ ਵਿੱਚ ਜਦੋਂ ਤੱਕ FIR ਪੰਜਾਬ ਪੁਲਿਸ ਦਰਜ ਨਹੀਂ ਕਰਦੀ, ਤਦ ਤੱਕ ਅਗਲੀ ਕੋਈ ਰਣਨੀਤੀ ਨਹੀਂ ਬਣਾਈ ਜਾਏਗੀ। ਸਿਰਫ ਸਰਕਾਰ ਦੇ ਨਾਲ ਔਰ ਪ੍ਰਸ਼ਾਸਨ ਦੇ ਨਾਲ ਹੀ ਗੱਲਬਾਤ ਹੋਏਗੀ, ਤੇ ਹੁਣ ਵੇਖਣ ਵਾਲੀ ਗੱਲ ਰਹੇਗੀ ਕਿ ਪੰਜਾਬ ਪੁਲਿਸ ਕਦੋਂ ਇਹਨਾਂ ਦੀ ਮੰਗ ਪੂਰੀ ਕਰਦੀ ਹੈ ਔਰ ਉਸ ਤੋਂ ਬਾਅਦ ਸ਼ੁਭਕਰਨ ਦਾ ਮੀਟਿੰਗ ਹੋਣ। ਸਰਵਨ ਸਿੰਘ ਪੰਦੇੜ ਔਰ ਜਗਜੀਤ ਸਿੰਘ ਡੱਲੇਵਾਲ ਹੋਣਾ ਨੇ ਉਹ ਸਾਰੇ ਤਮਾਮ ਆਗੂਆਂ ਨੇ ਆਪਸੀ ਫੈਸਲਾ ਕੀਤਾ ਹੈ। ਬਿਲਕੁਲ, ਦੇਖੋ ਹਜੇ ਵੀ ਸਰਵਣ ਸਿੰਘ ਪੰਦੇੜ ਔਰ ਜਿਹੜੇ ਕਹਿ ਸਕਦੇ ਹਾਂ ਜਗਜੀਤ ਸਿੰਘ ਡੱਲੇਵਾਲ ਸਣੇ ਕਈ ਹੋਰ ਆਗੂ ਜਿਹੜੇ ਨੇ ਉਹ ਸ਼ੰਭੂ ਬਾਰਡਰ ਤੇ ਮੌਜੂਦ ਨਹੀਂ ਹੈ। ਉਹਨਾਂ ਨੇ ਖਨੌਰੀ ਬਾਰਡਰ ਤੋਂ ਮੀਟਿੰਗ ਕਰਕੇ ਇਹ ਮੈਸੇਜ ਜਿਹੜਾ ਉਹ ਸ਼ੰਭੂ ਬਾਰਡਰ ਤੇ ਆਗੂ ਜਿਹੜੇ ਬੈਠੇ ਨੇ ਇਹਨਾਂ ਨੂੰ ਪਹੁੰਚਾਇਆ, ਜਿਸ ਤੋਂ ਬਾਅਦ ਆਗੂ ਜਿਹੜੇ ਨੇ ਪ੍ਰੈਸ ਕਾਨਫਰੰਸ ਕਰਦੇ ਨਜ਼ਰ ਆਏ ਨੇ ਔਰ ਉਹਨਾਂ ਨੇ ਇਸ ਸਾਰੇ ਮਾਮਲੇ ਬਾਰੇ ਜਾਣਕਾਰੀ ਦਿੱਤੀ ਹੈ। ਹਾਲਾਂਕਿ ਉਹ ਕਹਿ ਰਹੇ ਨੇ ਕਿ ਹਜੇ ਵੀ ਬੈਠਕ ਦਾ ਸਿਲਸਿਲਾ ਜਾਰੀ ਹੈ, ਅਗਲੀ ਰਣਨੀਤੀ ਜਲਦੀ ਬਣਦੀ ਨਜ਼ਰ ਆਏਗੀ, ਲੇਕਿਨ ਸਭ ਤੋਂ ਪਹਿਲਾਂ ਉਹਨਾਂ ਲਈ ਜ਼ਰੂਰੀ ਹੈ ਸ਼ੁਭਕਰਮਨ ਦਾ ਮਸਲਾ ਤੇ ਉਸੇ ਨੂੰ ਉਸ ਮਸਲੇ ਨੂੰ ਲੈ ਕੇ ਹੀ ਸਿੱਧੇ ਤੌਰ ਤੇ ਜਿਹੜੇ ਮੰਗਾਂ ਨੇ ਉਹ ਮਨਾਉਣਾ ਚਾਹੁੰਦੇ ਨੇ, ਉਹਨਾਂ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਹੈ। ਬਿਲਕੁਲ ਵਿਨੀਤ, ਜਾਣਕਾਰੀ ਦੇਣ ਲਈ ਧੰਨਵਾਦ ਤੁਹਾਡਾ। ਜਿਸ ਤਰ੍ਹਾਂ ਵਿਨੀਤ ਦੱਸ ਰਹੇ ਨੇ ਕਿ ਜਿਹੜੇ ਕਿਸਾਨ ਆਗੂ ਨੇ ਜਾਂ ਜਿੰਨੇ ਵੀ ਕਿਸਾਨ ਇਸ ਵੇਲੇ ਸ਼ੰਭੂ ਤੇ ਖਨੌਰੀ ਬਾਰਡਰ ਤੇ ਡਟੇ ਹੋਏ ਨੇ, ਉਹਨਾਂ ਦੀ ਹੁਣ ਮੰਗ ਇਹ ਹੈ ਕਿ ਸ਼ੁਭਕਰਨ ਸਿੰਘ ਦੇ ਨਾਲ ਇਨਸਾਫ ਹੋਵੇ, ਸ਼ੁਭਕਰਨ ਸਿੰਘ ਦੇ ਕਾਤਲਾਂ ਦੇ ਖਿਲਾਫ FIR ਦਰਜ ਹੋਵੇ, ਯਾਨੀ ਕਿ ਹਰਿਆਣਾ ਪੁਲਿਸ ਦੇ ਖਿਲਾਫ FIR ਦਰਜ ਕਰੇ ਪੰਜਾਬ ਪੁਲਿਸ, ਜਿਹੜੇ ਮੁਲਾਜ਼ਮ ਹਰਿਆਣਾ ਪੁਲਿਸ ਦੇ ਜਾਂ ਜਿਹੜੇ ਵੀ ਲੋਕ ਹਰਿਆਣਾ ਦੀ ਹੱਦ ਟੱਪ ਕੇ ਪੰਜਾਬ ਵੱਲ ਆਏ ਸੀਗੇ ਖਨੌਰੀ ਬਾਰਡਰ ਤੇ, ਜਿਨ੍ਹਾਂ ਨੇ ਕਿਸਾਨਾਂ ਤੇ ਤਸ਼ੱਦਦ ਢਾਇਆ, ਉਹਨਾਂ ਦੇ ਖਿਲਾਫ FIR ਦੀ ਮੰਗ ਕਰ ਰਹੀ ਹੈ। ਕਿਸਾਨ ਜਥੇਬੰਦੀਆਂ ਹੁਣ ਕਹਿ ਰਹੇ ਨੇ ਕਿ ਇਹਨਾਂ ਦੇ ਖਿਲਾਫ ਕਾਰਵਾਈ ਹੋਊਗੀ ਤਾਂ ਆਪਾਂ ਆਪਣੀ ਅਗਲੀ ਰਣਨੀਤੀ ਬਣਾਵਾਂਗੇ। ਉਦੋਂ ਤੱਕ ਇਹ ਸਾਰੇ ਹੀ ਕਿਸਾਨ ਜਿਹੜੇ ਨੇ ਹੁਣ ਸ਼ੰਭੂ ਤੇ ਖਨੌਰੀ ਬਾਰਡਰ ਤੇ ਹੀ ਡਟੇ ਰਹਿਣਗੇ। ਤਾਂ ਇਸ ਵੇਲੇ ਦਾ ਸਭ ਤੋਂ ਵੱਡਾ ਅਪਡੇਟ ਤੁਹਾਨੂੰ ਦੱਸ ਰਹੇ ਹਾਂ, ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਮੀਟਿੰਗ ਕਰਕੇ ਆਪਸੀ ਇਹ ਫੈਸਲਾ ਕੀਤਾ ਹੈ ਕਿ ਹੁਣ ਉਹ ਦਿੱਲੀ ਕੂਚ ਨਹੀਂ ਕਰਨਗੇ। ਫਿਲਹਾਲ ਦਿੱਲੀ ਕੂਚ ਦਾ ਉਹਨਾਂ ਨੇ ਪ੍ਰੋਗਰਾਮ ਟਾਲ ਦਿੱਤਾ ਹੈ, ਅੱਗੇ ਵਧਣ ਦੀ ਕੋਸ਼ਿਸ਼ ਉਹ ਨਹੀਂ ਕਰਨਗੇ। ਪਿਛਲੇ 2 ਦਿਨਾਂ ਤੋਂ ਅੱਗੇ ਵਧਣ ਦੀ ਕੋਸ਼ਿਸ਼ ਨਹੀਂ ਵੀ ਕਰ ਰਹੇ ਸੀਗੇ। ਅੱਜ 2 ਦਿਨਾਂ ਦਾ ਸਮਾਂ ਸੀਗਾ, ਅੱਜ ਹੀ ਅਗਲੀ ਰਣਨੀਤੀ ਦੱਸਣੀ ਸੀਗੀ ਕਿ ਕੱਲ੍ਹ ਦੀ ਸਵੇਰ ਉਹ ਕਿਸ ਤਰ੍ਹਾਂ ਦਾ ਐਕਸ਼ਨ ਲੈਣਗੇ, ਤਾਂ ਇਹੀ ਕਹਿ ਰਹੇ ਨੇ ਕਿ ਕੱਲ੍ਹ ਸਵੇਰੇ ਅਸੀਂ ਇੱਥੇ ਹੀ ਡਟੇ ਰਹਾਂਗੇ, ਯਾਨੀ ਕਿ ਸ਼ੰਭੂ ਤੇ ਖਨੌਰੀ ਬਾਰਡਰ ਤੇ ਡਟੇ ਰਹਿਣਗੇ। ਹੋਰ ਉਹਨਾਂ ਦੀ ਹੁਣ ਮੁੱਖ ਮੰਗ ਇਹ ਹੈ ਕਿ ਜਿਹੜੇ ਨੌਜਵਾਨ ਬਠਿੰਡਾ ਦੇ ਨੌਜਵਾਨ ਸ਼ੁਭਕਰਨ ਸਿੰਘ ਦੀ ਗੋਲੀ ਲੱਗਣ ਦੇ ਨਾਲ ਮੌਤ ਹੋਈ ਹੈ, ਉਸ ਮੌਤ ਨੂੰ ਲੈ ਕੇ ਮੰਗਾਂ ਰੱਖਦੇ ਹੋਏ ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਹਰਿਆਣਾ ਪੁਲਿਸ ਦੇ ਮੁਲਾਜ਼ਮਾਂ ਦੇ ਖਿਲਾਫ ਹੁਣ ਪੰਜਾਬ ਪੁਲਿਸ FIR ਦਰਜ ਕਰੇ, ਤਾਂ ਹੀ ਉਹਦਾ ਪੋਸਟਮਾਰਟਮ ਹੋਏਗਾ, ਤਾਂ ਹੀ ਉਹਦਾ ਸੰਸਕਾਰ ਕੀਤਾ ਜਾਏਗਾ। 1 ਕਰੋੜ ਰੁਪਇਆ ਉਹਦੇ ਪਰਿਵਾਰ ਨੂੰ ਸਹਾਇਤਾ ਦੇਣ ਦੀ ਮੰਗ ਕੀਤੀ ਹੈ, ਉਹਦੀ ਛੋਟੀ ਭੈਣ ਨੂੰ ਵੀ ਨੌਕਰੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ। ਤਾਂ ਇਹ ਸਾਰੀ ਮੰਗਾਂ ਨੂੰ ਹੁਣ ਮਨਾਉਣ ਦੇ ਲਈ ਪੰਜਾਬ ਪੁਲਿਸ ਦੇ ਅੱਗੇ ਕਿਸਾਨ ਜਥੇਬੰਦੀਆਂ ਨੇ ਆਪਣਾ ਪੱਖ ਰੱਖਿਆ, ਔਰ ਪੱਖ ਰੱਖਣ ਤੋਂ ਬਾਅਦ ਅੱਜ ਮੀਟਿੰਗ ਕਰਕੇ ਇਹ ਫੈਸਲਾ ਲਿਆ ਕਿ ਫਿਲਹਾਲ ਸ਼ੰਭੂ ਤੇ ਖਨੌਰੀ ਬਾਰਡਰ ਤੇ ਡਟੇ ਰਹਿਣਗੇ, ਉਸ ਤੋਂ ਬਾਅਦ ਹੀ ਅਗਲੀ ਰਣਨੀਤੀ ਬਣਾਉਣਗੇ ਕਿ ਦਿੱਲੀ ਕੂਚ ਕਿਵੇਂ ਕਰਨਾ ਹੈ, ਕਿਵੇਂ ਅੱਗੇ ਜਾਣਾ। ਫਿਲਹਾਲ ਇਸ ਅੰਦੋਲਨ ਦਾ ਜਿਹੜਾ ਰੁੱਖ ਹੈ ਉਹ ਥੋੜ੍ਹਾ ਬਦਲਦਾ ਨਜ਼ਰ ਆ ਰਿਹਾ ਹੈ। ਤੁਸੀਂ ਆਪ ਸਮਝ ਰਹੇ ਹੋ ਕਿ ਹੁਣ ਜਿਹੜੀਆਂ ਕਿਸਾਨਾਂ ਦੀ ਮੰਗਾਂ ਨੇ ਉਹ ਪੰਜਾਬ ਪੁਲਿਸ 'ਤੇ ਆ ਗਈਆਂ ਨੇ, ਫਿਲਹਾਲ ਸ਼ੁਭਕਰਨ ਦੀ ਮੌਤ ਤੋਂ ਬਾਅਦ ਪੰਜਾਬ ਪੁਲਿਸ ਦੇ ਅੱਗੇ ਉਹਨਾਂ ਨੇ ਇਹ ਮੰਗਾਂ ਰੱਖੀਆਂ ਨੇ। ਅਤੇ ਇਸ ਤਰ੍ਹਾਂ
ਇਹ ਜਿਹੜਾ ਅੰਦੋਲਨ ਦਾ ਰੁੱਖ ਆ ਥੋੜ੍ਹਾ ਜਿਹਾ ਉਹ ਪੰਜਾਬ ਪੁਲਿਸ 'ਤੇ ਆਉਂਦਾ ਜਾ ਰਿਹਾ, ਕਿਉਂਕਿ ਕਿਸਾਨ ਜਥੇਬੰਦੀਆਂ ਦੀ ਹੁਣ ਮੰਗ ਸਿੱਧੀ ਪੰਜਾਬ ਪੁਲਿਸ ਤੋਂ। ਹੁਣ ਪੰਜਾਬ ਪੁਲਿਸ ਕਿੰਨੀ ਦੇਰ 'ਚ ਇਹਨਾਂ ਦੀ ਮੰਗ ਮੰਨਦੀ ਹੈ, ਕਿਸ ਤਰ੍ਹਾਂ ਇਹਨਾਂ ਦੀ ਮੰਗਾਂ ਮੰਨਦੀਆਂ ਨੇ, ਇਹ ਹੁਣ ਦੇਖਣ ਵਾਲੀ ਗੱਲ ਰਹੇਗੀ। ਔਰ ਕਦੋਂ ਤੱਕ ਪੰਜਾਬ ਪੁਲਿਸ ਇਹ ਸਾਰੀ ਗੱਲਾਂ 'ਤੇ ਸਾਰੇ ਪਹਿਲੂਆਂ ਨੂੰ ਸੁਲਝਾ ਲੈਂਦੀ ਹੈ, ਔਰ ਜਦੋਂ ਪਹਿਲੂ ਸੁਲਝ ਜਾਣਗੇ ਉਸ ਤੋਂ ਬਾਅਦ ਕਿਸਾਨ ਜਿਹੜੇ ਨੇ ਉਹ ਦਿੱਲੀ ਕੂਚ ਦੀ ਗੱਲ ਕਰਨਗੇ, ਇਹ ਅੱਜ ਦੀ ਉਹਨਾਂ ਦੀ ਮੀਟਿੰਗ ਦੇ ਵਿੱਚ ਫੈਸਲਾ ਹੋਇਆ। ਦੇਖਦੇ ਰਹੋ ਦੈਨਿਕ ਸਵੇਰਾ ਟੀਵੀ।